ਥੈਂਕ ਯੂ ਵੈਰੀ ਮੱਚ। ਮੈਂ ਤੁਹਾਨੂੰ ਕਿਹਾ ਸੀ ਕਿ ਬੜੀ ਈਰਖਾ ਹੋਵੇ ਕਿਉਂ ਨਾ, ਮੈਂ ਅਤੇ ਸਤਵਿੰਦਰ ਸਿੰਘ ਟੌੜਾ ਸਾਹਿਬ ਲਗਾਤਾਰ ਪਿਛਲੇ 15 ਦਿਨਾਂ ਤੋਂ ਤਿਆਰੀ ਕਰਕੇ ਨਿਰੰਤਰ ਦਿਨ ਰਾਤ ਗੱਲਾਂ ਕਰਕੇ ਅਤੇ ਮੇਲਾ ਲੁੱਟ ਕੇ ਇਹ ਲੈ ਗਏ ਨੇ। ਇਹ ਸਨ ਸਾਡੇ ਮੇਰੇ ਅਧਿਆਪਕ ਡਾਕਟਰ ਹਰਪਾਲ ਸਿੰਘ ਜੀ ਪੰਨੂ, ਬਹੁਤ ਕੁਝ ਇਹਨਾਂ ਕੋਲ ਸਿੱਖਿਆ। ਅਸਲ 'ਚ ਉਸ ਸਮਕਾਲ 'ਚ ਲੈ ਜਾਂਦੇ ਨੇ ਜਿਹੜਾ ਸਮਕਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਹਜ਼ੂਰ ਦਾ ਹੈ। ਇਹ ਬਖਸ਼ਿਸ਼ ਹੈ ਇਹਨਾਂ 'ਤੇ ਅਤੇ ਇਹ ਬਖਸ਼ਿਸ਼ ਪੰਨੂ ਸਾਹਿਬ ਤੁਹਾਡੇ 'ਤੇ ਸਦਾ ਬਣੀ ਰਹੇ। ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਡੀਨ ਅਕੈਡਮਿਕ ਸਾਡੇ ਵਿੱਚ ਹਾਜ਼ਰ ਨੇ, ਸੰਤ ਮਹਾਂਪੁਰਖ ਸਾਰੇ ਆਏ ਨੇ। ਮੈਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਵਾਂ। ਮੈਂ ਬੇਨਤੀ ਕਰੂੰਗਾ ਬਿਨਾਂ ਕਿਸੇ ਦੇਰੀ ਦੇ ਖਟੜਾ ਸਾਹਿਬ ਨੂੰ ਕਿ ਉਹ ਵੀ ਆਉਣ, 2 ਮਿੰਟ ਜ਼ਰੂਰ ਸਾਡੇ ਨਾਲ ਸਾਂਝ ਕਰਨ। ਖਟੜਾ ਸਾਹਿਬ ਦੇ 550 ਸਾਲਾਂ ਦੇ ਵਿੱਚ, ਔਰ ਖਾਸ ਤੌਰ ਦੇ ਉੱਤੇ ਜਦ ਅਸੀਂ ਪਿਛਲੇ 50 ਸਾਲ ਦੀ ਗੱਲ ਕਰਦੇ ਹਾਂ, ਤਾਂ ਐਜ਼ ਅ ਯੰਗ ਚਾਈਲਡ ਮੈਂ 4th ਜਮਾਤ ਦਾ ਵਿਦਿਆਰਥੀ ਸੀ, ਦਿੱਲੀ ਖਾਲਸਾ ਮਿਡਲ ਸਕੂਲ ਸਰੋਜਨੀ ਨਗਰ ਦਾ। ਹੈੱਡਮਾਸਟਰ ਸਰਦਾਰ ਸੁੱਚਾ ਸਿੰਘ, ਜਿਨ੍ਹਾਂ ਨੂੰ ਅਸੀਂ ਵੱਡੇ ਵੀਰ ਜੀ ਕਹਿੰਦੇ ਸੀ, ਦਿੱਲੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ 500 ਸਾਲੇ ਸਮਾਗਮ ਜਿੰਨੇ ਹੋਏ, ਖਾਸ ਤੌਰ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਗੁਰਦੁਆਰਾ ਸਾਹਿਬ ਔਰ ਰਕਾਬਗੰਜ ਸਾਹਿਬ, ਸਾਰੇ ਗੁਰਦੁਆਰਿਆਂ 'ਚ, ਖਾਸ ਤੌਰ ਦੇ ਉੱਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਸ ਔਰ ਜਿੰਨੇ ਖਾਲਸਾ ਸਕੂਲ ਸੀ ਉਹਨਾਂ ਨੇ ਪਾਰਟੀਸਪੇਟ ਕੀਤਾ। ਇੰਪ੍ਰੈਸ਼ਨੇਬਲ ਮਾਈਂਡ ਸੀ, ਉੱਥੋਂ ਅਸੀਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਖਾਲਸਾ ਸਕੂਲਾਂ ਰਾਹੀਂ ਔਰ ਖਾਸ ਤੌਰ ਦੇ ਉੱਤੇ ਗੁਰੂ ਹਰਕ੍ਰਿਸ਼ਨ ਸੁਸਾਇਟੀ ਰਾਹੀਂ, ਜੋ ਵਿੱਦਿਆ ਦਾ ਪਸਾਰ ਹੋਇਆ। ਔਰ ਜਿਸ ਕਿਸਮ ਦੀ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਨੂੰ, ਸੋਚ ਨੂੰ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੋਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੋਈ। ਪਰ ਜਦ ਅਸੀਂ 69 ਤੋਂ 2019 ਨੂੰ ਆਉਂਦੇ ਹਾਂ, ਇਹ 50 ਵਰੇ ਸਿੱਖ ਕੌਮ ਦੇ ਲਈ ਬਹੁਤ ਹੀ ਸੰਘਰਸ਼ਪੂਰਨ ਰਹੇ ਨੇ। ਸੰਘਰਸ਼ ਪਹਿਲਾਂ ਵੀ ਬਹੁਤ ਹੋਏ ਨੇ, ਪਰ ਜਦ ਅਸੀਂ ਇਸ ਸਮੇਂ ਨੂੰ ਦੇਖਦੇ ਹਾਂ, ਇਮੀਡੀਏਟਲੀ 1971-1971 ਦੀ ਲੜਾਈ ਹੋਈ, ਸਬਸੀਕੁਐਂਟਲੀ ਐਮਰਜੈਂਸੀ ਲੱਗੀ ਔਰ ਉਸ ਤੋਂ ਬਾਅਦ ਪੰਜਾਬ ਔਰ ਖਾਸ ਤੌਰ ਦੇ ਉੱਤੇ ਸਿੱਖ ਕੌਮ ਦੇ ਉੱਤੇ ਜਿਸ ਕਿਸਮ ਦੇ 20-25 ਸਾਲ ਕਾਲਾ ਦੌਰ ਚੱਲਿਆ ਪੰਜਾਬ ਦੇ ਵਿੱਚ, ਔਰ ਸਿੱਖ ਇੰਸਟੀਟਿਊਸ਼ਨਸ ਨੂੰ, ਖਾਸ ਤੌਰ ਦੇ ਉੱਤੇ SGPC ਨੂੰ ਔਰ ਉਸ ਦੇ ਇਸ 50 ਸਾਲ ਦੇ ਵਿੱਚੋਂ ਜਦ ਗਿਣੀਏ ਤਾਂ 27 ਸਾਲ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ, ਉਹਨਾਂ ਨੇ ਕੌਮ ਨੂੰ ਔਰ ਖਾਸ ਤੌਰ ਦੇ ਉੱਤੇ SGPC ਨੂੰ ਅਗਵਾਈ ਦਿੱਤੀ। ਉਹ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਸੀ, ਚਾਹੇ ਉਹ 1978 ਤੋਂ ਸ਼ੁਰੂ ਹੋਇਆ ਸਿੱਖ ਨਿਰੰਕਾਰੀ ਕਲੈਸ਼ ਸੀ, ਉਸ ਤੋਂ ਬਾਅਦ 80, ਚਾਹੇ ਅੱਜ ਅਸੀਂ ਇਨਵਾਇਰਮੈਂਟ ਡੇ, ਪਾਣੀ, ਵਾਟਰ, ਹਰ ਕਾਸੇ ਅਸੀਂ ਰੋਜ਼ ਪੜ੍ਹਦੇ ਹਾਂ, ਖਾਸ ਤੌਰ ਦੇ ਉੱਤੇ ਸੁਲਤਾਨਪੁਰ ਲੋਧੀ ਤੋਂ ਸੀਚੇਵਾਲ ਸਾਹਿਬ, ਬਾਬਾ ਆਪਣੇ ਖਡੂਰ ਸਾਹਿਬ ਵਾਲੇ ਸਰਦਾਰ ਸੇਵਾ ਸਿੰਘ ਜੀ, ਉਸ ਤੋਂ ਬਾਅਦ 80-81 'ਚ ਕਪੂਰੀ ਮੋਰਚਾ ਲੱਗਿਆ ਪੰਜਾਬ ਦੇ ਪਾਣੀਆਂ ਦੇ ਲਈ, ਧਰਮਯੁੱਧ ਮੋਰਚਾ ਆਇਆ, ਧਰਮਯੁੱਧ ਮੋਰਚੇ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਹੋਇਆ। ਆਪਰੇਸ਼ਨ ਬਲੂ ਸਟਾਰ ਤੋਂ ਸਬਸੀਕੁਐਂਟਲੀ ਸਿੱਖ ਦੰਗੇ, 84 ਰਾਇਟਸ ਹੋਏ। ਇਹ ਸਾਰਾ ਕਾਲਾ ਦੌਰ ਸਮਾਂ ਔਰ ਇਸ ਤੋਂ ਬਾਅਦ ਜੋ ਪੰਜਾਬ, ਪੰਜਾਬੀਅਤ ਦਾ ਕਾਂਡ ਚੱਲਦਾ ਰਿਹਾ, ਇਸ ਦੇ ਵਿੱਚੋਂ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਨੇ
अपनी सुधी बुद्धि के नाल जिथे एस जी पी सी की किश्ती एस जी पी सी रेलीवेंट रख्या, क्योंकि एक समा आ गया सी हर चीज़ हर इंस्टीट्यूशन अंडर थ्रैट्स। जे तुसी देखोगे तो एस जी पी सी थ्रैट है जड़ा वो कई किस्म का, जिथे इंटलैक्चुअल्स पक्षों से, जिथे कई जगह उन्होंने एस जी पी सी के सुपरिटेंडेंट सैक्रेटरी अविनाशी सिंह होनी ब्राड होनी उन्होंने और होर भी काफ़ी जी एस जी पी सी के एम्पलॉइज हूँ वह जे अज दे विच जिथे डॉक्टर रूप सिंह बैठे ने तो इन्हां दे नाल ही मैं दलमेघ सिंह उन्हां दा नाम भी लवां। बड़ा लंबा समा उन्होंने टौड़ा साहब के नाल रह के संघर्ष किया और खास तौर दे उत्ते रूप सिंह दलमेघ सिंह जिथे ये एस जी पी सी के एम्पलॉई से उन्हां दे नाल नाल मैं चाहे पुलिस दे विच सी मैं भी टौड़ा साहब के नाल बहुत ही उन्हां दी गोद दा उन्हां दा सरप्रस्ती दा और खास तौर दे उत्ते उन्हां दे कोलों सिखण दा मौका मिलदा रहा। जिथे एस जी पी सी दे थ्रैट दी परसैप्शन दी गल करदे आं 93 दे विच मैं पहली बारी एस एस पी तरन तारण लग्या, ठीक है कई चीज़ों के लिए होर बड़िया चीज़ों के लिए साढ़े ते होर बड़े इल्जाम लगते रहते हैं, पर इस सारे दे विचों जब असी कदे कोई सोच करते हैं कि पॉजिटिविटी की है, नैगेटिविटी तो असी सारे गलतियां दे पुतले हाँ, पर जब पॉजिटिविटी वाले पासे आईंदा तो 93 दे विच पहली बारी एस एस पी लगन दे नाल जिथे प्रोफेसर साहब ने गल करी है दलमेघ सिंह आए वो कहिंदे दरबार साहब तो बाद पंजाब दे विच जे कोई नैक्सट वड्डा गुरद्वारा तो वह बीड़ बाबा बुढ़ा साहब है, जिदी अज एस जी पी सी के मैंबरस दसणगे कि नंबर 2 दे उत्ते जिहड़ी गोलक है या जिहड़ा आमदन है जिहड़ी सिक्कां दी शरधा है वह बीड़ बाबा बुढ़ा साहब तो आउंदी, वह एस जी पी सी थले नहीं सी। हिम्मत मार के दलमेघ सिंह नूं उहदा रिसीवर लवाया, बतौर एस समय दियां सरकारां नहीं चाहुंदियां सी एस जी पी सी स्ट्रोंग होवे, वह चाहुंदियां सी कमजोर होवे। उहनां दे गुरद्वारिआं दे उत्ते बहुत लोकां ने बहुत ही अपने कब्जे किए हुए सी, वह गुरद्वारा साहब की सेवा एस जी पी सी के हवाले करवाई। सबसीक्वेंटली जब एस एस पी मजीठा लग्या तो 2200 किले जमीन है जिहड़ी रामदास शहर की जिथे बाबा बुढ़ा जी रहे और सबसीक्वेंटली गुरु हरगोबिंद साहब आप जाके संस्कार करा के आए, वो सारे गुरुद्वारे सारिया जमीन कब्जियां सी वो सारिया इन्हों के हवाले करा के 2240 किले जमीन का कब्जा इन्हें करा के गुरुद्वारे जिन्हें सारे इन्हों के हवाले कराते। उस तो बाद मैं सेवा मिली एस एस पी बटाला की, मोहाली का हाले पिछे है बटाले जिथे साहिब श्री गुरु नानक देव जी का सहुरे से साढ़े सारे दे नानके समझ लो, उत्थे मैं एस एस पी लग्या सेवा मिली। तो जिन्हें गुरद्वारा साहबान ने कंध साहब करतारपुर साहब जिन्हें 3 गुरद्वारे मेन ने तिने एस जी पी सी को नहीं सी, लोकल कमेटियां लोकल कमेटियां तो सब शकन छका का हीला बनया से, तिने गुरद्वारे मैं एक अखर कहना वैसे चंगा नहीं लगता जुत्ती फेर के एस जी पी प्रधान जी ने बुलाया, वो कहते मैं लेने नहीं क्योंकि देयर वाज़ सम प्रॉब्लम, कोई ऐसा मसला सी कि कौम दिया ही किसी सोसायटी कोई यह को गुरद्वारे के कब्जे से जेडे प्रधान जी उन्होंने नहीं कोई बहुत, मैं हाँ जी नहीं है तुम चले जाना असी चले जाना, लोगों ने इतने बेअदबी होंगी है तो काइंडली तिने गुरद्वारे नाल गुरु नानक देव अकैडमी जिहड़ी किसी कार सेवा वाले बाबे को उन्होंने तो 2200 बच्चा, मैं हाँ जी इन्हों के फ्यूचर का सवाल है, गुरु नानक देव अकैडमी तो तिने गुरद्वारा साहबान एस जी पी सी के हवाले कराए और बकायदा प्रॉपर ऑन रिकॉर्ड लैके
ਉੱਥੇ ਹੀ ਸਾਰਿਆਂ ਨੇ ਸਿੱਧ ਗੋਸ਼ਟੀ ਸੁਣੀ ਹੈ, ਅੱਚਲ ਸਾਹਿਬ ਗੁਰਦੁਆਰਾ, ਅੱਚਲ ਸਾਹਿਬ ਗੁਰਦੁਆਰਾ ਜਿੱਥੇ ਹਿੰਦੂਆਂ ਦਾ ਬੜਾ ਵੱਡਾ ਤੀਰਥ ਸਥਾਨ ਹੈ, ਉਹਦੇ ਨਾਲ ਲੱਗਦਾ ਛੋਟਾ ਜਿਹਾ ਉਸ ਟਾਈਮ ਕਾਫੀ ਹੈ ਪਰ ਉਹ ਬੜਾ ਇਤਿਹਾਸਿਕ ਗੁਰਦੁਆਰਾ ਕਿਉਂਕਿ ਉੱਥੇ 6 ਪਾਤਸ਼ਾਹ ਗੁਰੂ ਸਾਹਿਬਾਨ ਆਉਂਦੇ ਜਾਂਦੇ ਉੱਥੇ ਟਿਕੇ ਨੇ, ਗੁਰੂ ਨਾਨਕ ਸਾਹਿਬ ਖੁਦ ਉੱਥੇ। ਉਹ ਗੁਰਦੁਆਰਾ ਸਾਹਿਬ ਵੀ ਇਵੇਂ ਹੀ ਕਿਸੇ ਕਬਜ਼ੇ 'ਚ ਸੀ, ਉਹਦੇ ਲਈ ਪ੍ਰੋਪਰ ਨੋਟੀਫਿਕੇਸ਼ਨ ਕਰਾ ਕੇ ਦਲਮੇਕ ਸਿੰਘ ਨੂੰ ਹੀ ਉਹਦਾ ਰਿਸੀਵਰ ਬਣਾਇਆ ਅਤੇ ਉਹ ਗੁਰਦੁਆਰਾ ਸਾਹਿਬ ਦੇ ਕਬਜ਼ੇ ਦੇ ਲਈ ਮੌਕੇ ਦੀ ਕਾਂਗਰਸ ਗੌਰਮੈਂਟ ਸੀ, ਹਰਚਰਨ ਸਿੰਘ ਬਰਾੜ ਸਾਹਿਬ CM ਸਾਹਿਬ ਸੀ, ਲੋਕਲ ਪੋਲੀਟੀਸ਼ੀਅਨਸ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਜਾਣ ਨਹੀਂ ਦੇਣਾ ਚਾਹੁੰਦੇ, ਉਹਦੇ ਲਈ ਬੜਾ ਸੰਘਰਸ਼ ਕਰਨਾ ਪਿਆ, ਡਾਂਗ ਸੋਟਾ ਵੀ ਹੋਇਆ। ਉਹ ਗੁਰਦੁਆਰਾ ਸਾਹਿਬਾਨ ਵੀ ਅੱਚਲ ਸਾਹਿਬ SGPC ਦੇ ਹਵਾਲੇ ਕਰਿਆ। ਉਸ ਤੋਂ ਬਾਅਦ 97 'ਚ ਮੈਂ SSP ਰੋਪੜ ਲੱਗਿਆ। SGPC ਦਾ ਜਿਹੜਾ ਗੁਰਦੁਆਰਾ ਅੰਬ ਸਾਹਿਬ ਹੈ, ਇੱਕ SGPC ਕੋਲ ਨਹੀਂ ਹੁੰਦਾ ਸੀ, SGPC ਕੋਲ ਸਿਰਫ ਅਤੇ ਸਿਰਫ SGPC ਸਬ ਆਫਿਸ ਸੀ ਅਤੇ ਆਲੇ ਦੁਆਲੇ ਜਾਂ ਪਰਲੇ ਪਾਸੇ ਗੁਰਦੁਆਰਾ ਨਾਢਾ ਸਾਹਿਬ ਸੀ ਜਿਹੜਾ ਹਰਿਆਣੇ ਸੀ। ਇਹ ਵੀ SGPC ਦਾ ਕਬਜ਼ਾ ਕਰਾਇਆ, ਸਾਰਾ ਕੁਛ ਉੱਥੇ ਕਰਾਇਆ। ਅਤੇ ਇੱਕ ਗੁਰੂ ਘਰ ਸੀ ਜਿਹੜਾ ਰਹਿ ਗਿਆ ਸੀ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਸੰਤ ਅਜੀਤ ਸਿੰਘ ਜੀ ਪਰਿਵਾਰ ਵਿਛੋੜਾ ਵਾਲੇ, ਉਹਨਾਂ ਵੱਲੋਂ ਇਹ ਉਹਨਾਂ ਦਾ ਸੀ, ਉਹਨਾਂ ਨੇ ਹੀ ਇਹਨੂੰ ਤਿਆਰ ਕਰਵਾਇਆ ਸੀ। ਉਦੋਂ ਪੰਥਕ ਸਰਕਾਰ ਬਣ ਗਈ ਸੀ ਤਾਂ ਸਾਰੇ ਦਲਮੇਕ ਸਿੰਘ ਹੋਣੀ ਸਾਰੇ ਇਕੱਠੇ ਹੋ ਕੇ ਆ ਗਏ ਜੀ ਹੁਣ ਕਬਜ਼ਾ ਕਰਾ ਦਿਓ। ਮੈਂ ਕਿਹਾ ਨਹੀਂ, ਹੁਣ ਬੈਠੋ, ਕਬਜ਼ਾ ਜਦ ਕਰੀਦਾ ਜਦ ਅੱਗੇ ਕੋਈ ਪੇਚਾ ਹੋਵੇ। ਤਾਂ ਮੈਂ ਕਿਹਾ ਮੈਂ ਇਹ ਬਿਨਾਂ ਉਹ ਤੋਂ ਆਪਾਂ ਨੇ ਕਰਨਾ। ਮੈਂ ਸੰਤ ਜੀ ਕੋਲ ਬੇਨਤੀ ਲੈ ਕੇ ਗਿਆ, ਉਹਨਾਂ ਨਾਲ ਗੱਲ ਕਰੀ, ਸੰਤ ਅਜੀਤ ਸਿੰਘ ਅੱਗੋਂ ਉਦੋਂ ਵੀ ਉਹ ਕਹਿੰਦੇ ਮੈਂ ਤਾਂ ਉਡੀਕਦਾ ਹੀ ਸੀ, ਮੇਰੇ ਕੋਲ ਕੋਈ ਜਗ੍ਹਾ ਨਹੀਂ ਆ, ਮੈਨੂੰ ਟੌੜਾ ਸਾਹਿਬ ਨੂੰ ਕਹਿ ਦਿਓ ਆ ਕੇ ਇੱਕ ਸਰੋਪਾ ਪਾ ਦੇਣ ਅਤੇ ਮੇਰੇ ਰਹਿਣ ਦੇ ਲਈ ਇੱਕ ਕਮਰਾ ਆਨੰਦਪੁਰ ਸਾਹਿਬ 'ਚ ਕਿਤੇ ਬਹੁਤ ਕੁਝ ਆ ਉੱਥੇ ਕਿਤੇ ਮੈਨੂੰ ਦੇ ਦੇਣ, ਮੈਂ ਤਾਂ ਆਪ ਦੇਣ ਨੂੰ। ਅਤੇ ਮੈਂ ਪ੍ਰਧਾਨ ਜੀ ਨੂੰ ਕਿਹਾ, ਮੈਂ ਕਿਹਾ ਜੀ ਕਿਸੇ ਉਹਦੀ ਲੋੜ ਨਹੀਂ ਹੈ ਅਤੇ ਆ ਜਾਓ ਤੁਸੀਂ। ਤੁਸੀਂ ਪ੍ਰਧਾਨ ਜੀ ਆਏ, ਆ ਕੇ ਉਹਨਾਂ ਨੇ ਉੱਥੇ ਇਕੱਠ ਹੋਇਆ, ਸੰਤ ਅਜੀਤ ਸਿੰਘ ਉਹਨਾਂ ਦੀਆਂ ਸੇਵਾਵਾਂ ਲਈ ਸਰੋਪਾ ਦਿੱਤਾ ਅਤੇ ਸਬਸੀਕੁਐਂਟਲੀ ਉਹਨਾਂ ਨੂੰ ਇੱਕ 2-2.5 ਕਮਰਿਆਂ ਦੀ ਕੋਠੀ ਦਾ ਰਿਹਾਇਸ਼ ਦਾ ਪ੍ਰਬੰਧ ਆਨੰਦਪੁਰ ਸਾਹਿਬ ਕਰਤਾ। ਇਸ ਤਰੀਕੇ ਨਾਲ ਇਹ ਜਿਹੜੇ ਗੁਰਦੁਆਰਾ ਸਾਹਿਬਾਨ ਸੀ ਇਹਨਾਂ ਦਾ ਸ਼੍ਰੋਮਣੀ ਕਮੇਟੀ ਨੂੰ ਅਸੀਂ ਕਾਬਜ਼ ਕਰਾਏ, ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੋਇਆ, ਸੰਗਤਾਂ ਦਾ ਅਤੇ ਸਾਰਿਆਂ ਦੀ ਸਹੂਲਤ ਹੋਇਆ। ਇਹ ਸਾਰੇ ਟੌੜਾ ਸਾਹਿਬ ਦੀ ਸ਼ਖਸੀਅਤ ਨਾਲ ਸੀ, ਉਹਨਾਂ ਦੀ ਸੋਚ ਸੀ, ਉਹਨਾਂ ਦੀ ਸਾਡੇ 'ਤੇ ਸੀ, ਇਹ ਸਾਡਾ ਅਸੀਂ ਜੋ ਸੁਸਾਇਟੀ ਲਈ ਆ SGPC ਨੂੰ ਸਟਰੋਂਗ ਕਰਨ ਦੇ ਲਈ, ਜਿੱਥੇ ਪ੍ਰਧਾਨ ਜੀ ਦੀ ਇਹ ਸੋਚ ਸੀ। ਇਹਦੇ ਨਾਲ ਨਾਲ ਵਿੱਦਿਆ, ਮੈਨੂੰ ਯਾਦ ਹੈ ਪ੍ਰਧਾਨ ਜੀ ਨੇ ਜਦ ਬਾਬਾ ਬੰਦਾ ਬਹਾਦਰ ਇੰਜੀਨੀਅਰਿੰਗ ਕਾਲਜ ਬਣਾਇਆ, ਕਿਵੇਂ ਪਾਸੋਂ ਸਰਕਲ 'ਚ ਪਿੰਡ ਪਿੰਡ ਫਿਰ ਕੇ ਜਿੰਨੀ ਜ਼ਮੀਨ ਹੈ, ਜਿੰਨੇ ਕਿੱਲੇ ਨੇ, ਉਹਨੇ ਕਿੱਲਿਆਂ ਦੇ ਮੁਤਾਬਕ ਪੈਸੇ ਇਕੱਠੇ ਕੀਤੇ। ਔਰ ਜਿਹੜੀ ਫਸਟ, ਹੁਣ ਤਾਂ ਬੜੇ ਹਰ ਜਗ੍ਹਾ ਕਾਲਜਸ ਖੁੱਲ੍ਹ ਰਹੇ ਨੇ, ਜਿਹੜਾ ਉਹਦਾ ਪਹਿਲਾ 5 ਕਰੋੜ ਦਾ ਡਰਾਫਟ ਦਿੰਦੇ ਹਾਂ AICT ਨੂੰ, ਉਹ ਇਕੱਠਾ ਕਰਕੇ ਪਹਿਲਾਂ ਤਿਲ ਫੁੱਲ ਜੋੜ ਕੇ ਇਹ ਇੰਸਟੀਟਿਊਸ਼ਨ ਇਸ ਇਲਾਕੇ ਨੂੰ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਬਣਾਇਆ। ਇੱਕ ਛੋਟੀ ਜਿਹੀ ਗੱਲ ਕਹਿ ਕੇ ਮੈਂ ਸ਼ੇਅਰ ਕਰਕੇ ਕਲੋਜ਼ ਕਰੂੰਗਾ। 96 ਜਦ ਮੈਂ ਦੱਸ ਰਿਹਾ ਵੀ ਗੁਰਦੁਆਰਾ ਸਾਹਿਬਾਨ ਬਟਾਲੇ ਵਾਲੇ ਅਸੀਂ SGPC ਦੇ ਹਵਾਲੇ ਕਰਵਾਏ ਨੇ, ਤਾਂ ਚੋਣਾਂ SGPC ਦੀਆਂ ਆ ਗਈਆਂ, ਤਿਆਗ ਦੀ ਗੱਲ ਹੈ। ਤਾਂ ਇੱਕ ਖਾਲਸਾ ਇੰਡਸਟਰੀ ਵਾਲੇ ਮੇਰੇ ਕੋਲ ਆ ਗਏ, ਮੈਨੂੰ ਕਹਿੰਦੇ ਜੀ ਪ੍ਰਧਾਨ ਜੀ ਨਹੀਂ ਆਉਣਾ। ਮੈਂ ਕਿਹਾ ਹਾਂ ਜੀ ਆਉਣਗੇ। ਇੱਥੇ ਉਹ ਕਹਿੰਦੇ ਮੈਂ ਆ 50,000 ਰੁਪਈਆ ਪ੍ਰਧਾਨ ਜੀ ਨੂੰ ਦੇਣਾ। 50,000 95-96 'ਚ ਬੜੀ ਵੱਡੀ ਅਮਾਊਂਟ ਸੀ, ਅੱਜ ਕੱਲ੍ਹ ਤਾਂ ਚਲੋ। ਤਾਂ ਮੈਂ ਕਿਹਾ ਜੀ ਲੋਕਾਂ ਦਾ ਇਹੋ ਜਿਹੇ ਕੰਮ 'ਚ ਹੈ ਨਹੀਂ, ਉਹਨਾਂ ਨੇ ਲੈਣੀ। ਕਹਿੰਦੇ ਨਹੀਂ ਜੀ, ਮੈਂ ਤਾਂ ਸੇਵਾ ਕਰਨੀ ਆ ਖਾਲਸਾ ਇੰਡਸਟਰੀਜ਼ ਵਾਲੇ। ਅਸੀਂ ਚਲੋ ਜੇ ਪ੍ਰਧਾਨ ਜੀ ਆਏ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਹਜੇ ਇੱਕ ਸਿੰਘ ਆਏ ਬੈਠੇ ਨੇ, ਇਹਨਾਂ ਦੀ ਗੱਲ ਸੁਣ ਲਓ। ਨਾਲ ਮੇਰਾ ਆਫਿਸ ਸੀ, ਨਾਲ ਡਰਾਇੰਗ ਰੂਮ ਸੀ।
ਤਾਂ ਦਲਮੇਗ ਵੀ ਆਫਿਸ 'ਚ ਬੈਠ ਗਿਆ ਅਤੇ ਉੱਥੇ ਉਹਨਾਂ ਨੇ ਕਹਿੰਦੇ ਤਾਂ ਕੰਮ ਨਹੀਂ, ਮੈਂ ਕੀ ਕਰਨਾ, ਮੇਰੀ ਤਾਂ ਕੋਈ ਚੋਣ ਨਹੀਂ ਲੜਨੀ, ਮੈਂ ਤਾਂ ਸਾਡਾ ਤਾਂ ਹੈ ਨਹੀਂ। ਉਹ ਜਦ ਜ਼ਿਆਦਾ ਜ਼ੋਰ ਲਾਉਣ ਲੱਗੇ ਤਾਂ ਦਲਮੇਗ ਨੂੰ ਬੁਲਾ ਲਿਆ, ਕਹਿੰਦੇ ਦਲਮੇਗ ਸਿਆਂ ਇਹ ਨਹੀਂ ਦੇਖਿਆ ਵੀ ਕਿੰਨੇ ਨੇ ਕੀ ਹੈ, ਆਹ ਫੜ ਲਿਆ ਲਿਫਾਫਾ। ਕਹਿੰਦੇ ਇੱਕ ਨਾ ਕੋਈ ਪੁਰਾਣਾ ਪੰਥਕ ਲੀਡਰ ਦਾ ਨਾਂ ਨਹੀਂ ਲਿਆ, ਕਹਿੰਦੇ ਇੱਕ ਵਿਚਾਰਾ ਗੁਰਸਿੱਖ ਨੰਗੇ ਧੜ ਨਸ਼ਹਿਰਾ ਪੰਨੂਆਂ ਤੋਂ ਲੜਾਈ ਲੜ ਰਿਹਾ, ਇਹ ਉਹਨੂੰ ਦਿਆ ਹੈ। ਤਰਲੋਚਨ ਸਿੰਘ ਤੁੜ ਸਬਸੀਕੁਐਂਟਲੀ ਬਾਅਦ ਦੇ ਜਥੇਦਾਰ ਮੋਹਨ ਸਿੰਘ ਤੁੜ ਦੇ ਬੇਟੇ ਸੀ, ਬਾਅਦ 'ਚ ਦੋ ਵਾਰੀ ਐਮ ਪੀ ਵੀ ਰਹਿ ਲਏ, ਸਭ ਕੁਛ ਹੋਇਆ, ਪਰ ਉਸ ਟਾਈਮ ਉਹਨਾਂ ਨੂੰ ਟਿਕਟ ਨਹੀਂ ਮਿਲੀ ਸੀ ਅਤੇ ਉਹ ਆਜ਼ਾਦ ਲੜ ਰਹੇ ਸੀ। ਕਹਿਣ ਦਾ ਮਤਲਬ ਇਹ ਹੈ ਵੀ ਤਿਆਗ ਤਾਂ ਦੇਖਣਾ ਹੀ ਨਹੀਂ, ਪ੍ਰਧਾਨ ਜੀ ਦੇ ਕਾਫੀ ਗੁਣ ਸੀ, ਅਸੀਂ ਕੋਈ ਉਹਨਾਂ ਨੂੰ ਅੱਜ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਉੱਤੇ ਇਹ ਸਮਾਗਮ ਹੋਇਆ, ਉਸ ਦੇ ਨਾਲ ਨਾਲ ਜਥੇਦਾਰ ਗੁਰਚਰਨ ਸਿੰਘ ਟੌੜਾ ਟਰੱਸਟ ਵੱਲੋਂ ਪ੍ਰੋਫੈਸਰ ਸਰਵਜਿੰਦਰ ਸਿੰਘ ਔਰ ਖਾਸ ਤੌਰ ਦੇ ਉੱਤੇ ਸਤਵਿੰਦਰ ਸਿੰਘ ਟੌੜਾ ਵਧਾਈ ਦੇ ਪਾਤਰ ਨੇ। ਔਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫਿਰ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦ ਖੱਟੜਾ ਸਾਹਿਬ। ਇਹ ਇਸ ਕਰਕੇ ਇਹਨਾਂ ਨਾਲ ਮੇਰਾ ਵਾਅਦਾ ਹੈ, ਖੱਟੜਾ ਸਾਹਿਬ ਨਾਲ ਮੇਰਾ ਵਾਅਦਾ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਦੀ ਜਿਹੜੀ ਅਗਲੀ ਹੈ ਨਾ ਕਿਤਾਬ, ਉਹ ਤੁਹਾਡੇ ਨਾਂ 'ਤੇ ਅਸੀਂ ਅਗਲੇ ਦਿਨਾਂ 'ਚ ਲਿਖ ਦੇਣੀ। ਧੰਨਵਾਦ ਬਹੁਤ ਬਹੁਤ। ਸਾਡੇ ਡੀਨ ਅਕੈਡਮਿਕ ਸਾਡੇ ਵਿੱਚ ਹਾਜ਼ਰ ਨੇ। ਮੈਂ ਇਸ ਤੋਂ ਪਹਿਲਾਂ ਕਿ ਅਸੀਂ ਸਨਮਾਨ ਕਰਨੇ ਨੇ ਕੁਝ ਸ਼ਖਸੀਅਤਾਂ ਦੇ, ਉਹ ਕਰੀਏ, ਮੈਂ ਬਤਰਾ ਸਾਹਿਬ ਨੂੰ ਬੇਨਤੀ ਕਰੂੰਗਾ। ਮੈਨੂੰ ਪਤਾ ਸਮਾਂ ਬਹੁਤ ਹੋ ਗਿਆ, ਪਰ ਅਸੀਂ ਬਹੁਤ ਥੋੜ੍ਹਾ ਹੁਣ ਤੁਹਾਡਾ ਸਮਾਂ ਲੈਣਾ ਹੈ, ਤੁਹਾਨੂੂੰ 15-20 ਮਿੰਟ ਦੇ ਵਿੱਚ ਅਜੇ ਪ੍ਰਧਾਨਗੀ ਭਾਸ਼ਣ ਵੀ ਸੁਣਾਉਣਾ ਹੈ, ਕਿਉਂਕਿ ਡਾਕਟਰ ਬਲਕਾਰ ਸਿੰਘ ਹੋਰੀ ਟੌੜਾ ਸਾਹਿਬ ਦੇ ਸਭ ਤੋਂ ਵੱਡੇ ਸ਼ਿਸ਼ ਨੇ ਇਹ ਆਪਣੇ ਸਾਰਿਆਂ ਦੇ ਵਿੱਚੋਂ, ਸੋ ਉਹ ਵੀ ਗੱਲ ਕਰਨਗੇ। ਮੈਂ ਬਤਰਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਦੋ ਸ਼ਬਦ ਸਾਡੇ ਨਾਲ ਸਾਂਝੇ ਕਰਨ। ਇਸ ਕਾਨਫਰੰਸ ਦੇ ਮੁੱਖ ਮਹਿਮਾਨ ਡਾਕਟਰ ਰੂਪ ਸਿੰਘ, ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੈਮੀਨਾਰ ਦੇ ਕੀ ਸਪੀਕਰ ਪ੍ਰੋਫੈਸਰ ਪਾਲ ਸਿੰਘ ਪੰਨੂ, ਪ੍ਰੋਫੈਸਰ ਬਲਕਾਰ ਸਿੰਘ, ਡਾਕਟਰ ਸਰਵਜਿੰਦਰ ਸਿੰਘ ਮੁਖੀ ਵਿਭਾਗ, ਸਰਦਾਰ ਰਣਜੀਤ ਸਿੰਘ ਖੱਟੜਾ, ਸਰਦਾਰ ਸਤਵਿੰਦਰ ਸਿੰਘ ਟੋੜਾ, ਫੈਕਲਟੀ ਮੈਂਬਰਸ, ਸਟੂਡੈਂਟਸ ਅਤੇ ਪਤਵੰਤੇ ਸੱਜਣੋ, ਮੈਂ ਆਪ ਸਭ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਰਾਸ਼ਟਰੀ ਕਾਨਫਰੰਸ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਭਾਈ ਗੁਰਦਾਸ ਚੇਅਰ ਅਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਚੈਰੀਟੇਬਲ ਟਰੱਸਟ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤੀ ਗਈ ਹੈ। ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਆਪ, ਮੈਂ ਆਪ ਦਾ ਧੰਨਵਾਦੀ ਹਾਂ ਅਤੇ ਆਪ ਨੂੰ ਜੀ ਆਇਆਂ ਆਖਦਾ ਹਾਂ। ਵਾਈਸ ਚਾਂਸਲਰ ਸਾਹਿਬ ਨੇ ਆਪ ਇਸ ਕਾਨਫਰੰਸ 'ਚ ਆਉਣਾ ਸੀ, ਪਰ ਉਹਨਾਂ ਦੀ ਕੋਈ ਕਮਿਟਮੈਂਟ ਸਨ ਅਤੇ ਉਹਨਾਂ ਨੂੰ ਥੋੜ੍ਹਾ ਬਾਹਰ ਜਾਣਾ ਪਿਆ, ਅਤੇ ਉਹਨਾਂ ਨੇ ਇਸ ਕਾਨਫਰੰਸ ਦੀ ਸਕਸੈਸ ਲਈ ਆਪਣੀਆਂ ਸ਼ੁਭ ਇੱਛਾਵਾਂ ਭੇਜੀਆਂ ਹਨ। ਆਪ ਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੁਆਰਾ ਯਾਨੀ ਕਈ ਉਪਰਾਲੇ ਕੀਤੇ ਗਏ ਹਨ, ਕਈ ਲਿਖਤਾਂ ਗੁਰੂ ਨਾਨਕ ਸਾਹਿਬ 'ਤੇ ਅਤੇ ਗੁਰੂ ਗ੍ਰੰਥ ਸਾਹਿਬ 'ਤੇ ਵੀ ਕਈ ਵੋਲੀਅਮਸ, ਕਈ ਪਬਲੀਕੇਸ਼ਨਸ ਹਨ ਛਾਪੀਆਂ ਗਈਆਂ ਹਨ। ਤਾਂ ਪਬਲੀਕੇਸ਼ਨ ਬਿਊਰੋ ਦੇ ਮਾਧਿਅਮ ਦੁਆਰਾ ਡਾਕਟਰ ਸਰਬਜਿੰਦਰ ਸਿੰਘ ਇਹ ਆਪਣਾ ਗੁਰੂ ਸਾਹਿਬ ਦਾ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਿੱਛੇ ਹੀ ਅਸੀਂ ਪੁਸਤਕ ਮੇਲਾ ਵੀ ਲਾਇਆ ਸੀ, ਜਿਸ ਦੇ ਵਿੱਚ ਕਿ ਇਹਨਾਂ ਦੀਆਂ ਐਫਰਟਸ ਹਨ, ਅਤੇ ਉਹ ਵਧਾਈ ਦੇ ਪਾਤਰ ਹਨ ਜੋ ਕਿ ਇਹ ਸਾਰੇ ਉਪਰਾਲੇ ਕਰ ਰਹੇ ਹਨ। ਮੈਂ ਸਰਦਾਰ ਰੂਪ ਸਿੰਘ, ਸਕੱਤਰ SGPC, ਇਹਨਾਂ ਦਾ ਰਾਸ਼ਟਰੀ ਕਾਨਫਰੰਸ 'ਤੇ ਪਹੁੰਚਣ 'ਤੇ ਇਸ ਲਈ ਮੈਂ ਧੰਨਵਾਦ ਕਹਿੰਦਾ। ਅਤੇ ਇਸ ਕਾਨਫਰੰਸ ਦੇ ਕੀ ਸਪੀਕਰ ਡਾਕਟਰ ਪਾਲ ਸਿੰਘ ਪੰਨੂ, ਜੋ ਕਿ ਉੱਘੇ ਸਿੱਖ ਵਿਦਵਾਨ ਹਨ, ਉਹਨਾਂ ਨੇ ਇਸ ਕਾਨਫਰੰਸ ਵਿੱਚ ਕੀ ਨੋਟ ਸਪੀਕਰ ਬਣਨਾ ਸਵੀਕਾਰ ਕੀਤਾ। ਅਤੇ ਹੋਰ ਇਸਦੇ ਜਿਹੜੇ ਅਵਾਰਡੀ ਹਨ ਜਿਹਨਾਂ ਨੂੰ ਕਿ ਸਨਮਾਨ ਕੀਤਾ ਜਾਣਾ ਹੈ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਡਾਕਟਰ ਹਰਜੀਤ ਕੌਰ, ਅਤੇ ਇਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ। ਸੋ ਵਾਈਸ ਚਾਂਸਲਰ ਸਾਹਿਬ ਨੇ ਇਸ ਜਿਹੜੀ ਲੜੀ ਅਸੀਂ ਸ਼ੁਰੂ ਕੀਤੀ ਹੈ, 550 ਸਾਲਾ ਪ੍ਰਕਾਸ਼ ਉਤਸਵ ਮਨਾਇਆ ਜਾਣਾ, ਇਸ ਵਿੱਚ ਇਸ ਲੜੀ ਵਿੱਚ ਜਿਹੜਾ ਪਹਿਲਾ ਐਕਟੀਵਿਟੀ ਹੈ ਜਿਹੜਾ ਕਿ ਹੈ ਸੈਮੀਨਾਰ ਕਰਵਾਇਆ ਜਾ ਰਿਹਾ, ਅਤੇ ਉਹਨਾਂ ਨੇ ਇਸ ਦੀ ਰਹਿਨੁਮਾਈ ਕੀਤੀ ਹੈ, ਅਤੇ ਉਹ ਹਮੇਸ਼ਾ ਇਸ ਬਾਰੇ ਇਨਸੈਂਟਿਵ ਦਿੰਦੇ ਹਨ, ਮੋਟੀਵੇਟ ਕਰਦੇ ਹਨ ਕਿ ਅਸੀਂ ਹੋਰ ਵਿਦਿਆਰਥੀ ਵੀ ਇਸ ਵਿੱਚ ਵੱਧ ਤੋਂ ਵੱਧ ਭਾਗ ਲੈਣ। ਗੁਰੂ ਨਾਨਕ ਸਾਹਿਬ ਦੇ ਅਸੀਂ ਜਿਹੜਾ ਪ੍ਰਕਾਸ਼ ਉਤਸਵ ਲੜੀ ਮਨਾ ਰਹੇ ਹਾਂ, ਇਸ ਮੌਕੇ 'ਤੇ ਗੁਰੂ ਸਾਹਿਬ ਦੇ ਜੀਵਨ ਅਤੇ ਉਹਨਾਂ ਵੱਲੋਂ ਜੋ ਮਨੁੱਖਤਾ ਦੀ ਉੱਨਤੀ ਲਈ, ਇੱਕ ਜਿਉਂਦੇ ਅਤੇ ਸ਼ਕਤੀਸ਼ਾਲੀ ਸਮਾਜ ਦੀ ਉਸਾਰੀ ਲਈ ਕੀਤੇ ਜਥੇਬੰਦ ਯਤਨਾਂ ਬਾਰੇ
इस कॉन्फ्रेंस के गोष्ठी होनी है तो काफ़ी डिस्कशन होएगी। मैं उम्मीद है कि यह कॉन्फ्रेंस जो साडा टीचा हैगा उस वाल अगे बढ़ सकेगी। गुरु साहब ना केवल सुधारक सन सगो एक नवे धर्म के बानी सन। गुरु नानक साहब सारी दुनिया के सांझे सन। वो एक विद्वान लिखारी ज्ञानवान उगे आलोचक ते भारतीय ज्ञान विच आम करके ते समकाली भगतां दीआं रचनावां विच विशेष करके बड़ी डूंघी दिलचस्पी रखते सन। अपने लंबे सफर दौरान उन्होंने अलग अलग धर्म केंद्रां दी यात्रा कीती ते उन्हां दे सिद्धांतां बारे जानकारी प्राप्त कीती। मैं यूनिवर्सिटी एडमिनिस्ट्रेशन वालों फिर आप सब दा धन्नवाद करदा। असी यूनिवर्सिटी दे खास उपराले हन जिहड़े लिटरेचर है साहित्य है जिहड़ा कि बहुत पुराना हो चुकिया है जिसनू कि कागज़ां दे रूप में कई बार संभालना औखा है। उसनू असी डिजिटाइज अज की टैक्नोलॉजी यूज़ करके उसनू डिजिटाइज कर रहे हैं। अलग अलग साडे केंद्रां दे विच देहरादून दे विच पिया होया है। भाई वीर सिंह दियां प्रोफेसर पूरन सिंह दियां लिखता हैगियां डॉक्टर साहब दे अपने विभाग दे विच हन। असी इस बारे कई होर ऑर्गनाइजेशन नाल ऑलरेडी टाई अप कर रहे हैं। उन्होंने कहता है तो वो सानू सेवा दे रहे हैं। तो मैं लगता कि यह उपराले गुरु साहब के जरा उपदेश हैं उसको अगे ले जाने से कामयाब हो। थैंक यू। थैंक यू वेरी मच डीन साहब। हुण असी मैं बेनती करूँगा प्रधान जी नूं बजे बैठे रहो तुसी जी प्रधान जी डीन साहब नूं प्रधान जी अजे बैठना तुसी उत्थे जी खलो दो मिनट ते सरदार रूप सिंह होरां नूं कि असी ऑनर करांगे कुछ उन्हां माणयोग शख्सियतां नूं जिन्हां ने खासकर सिख धर्म लई पंजाब दे खिते च बहुत ही माणयोग काम कीते। उन्हां विच सब तो पहला क्योंकि खटड़ा साहब स्टेज डायस उत्ते ही ने मैं खटड़ा साहब नूं कहूँगा कि वो केवल वो खड़े होण क्योंकि अज सानूं मौका है कि इन्हां नूं खड़े कर सकदे हां। असीं खटड़ा साहब खड़े होणगे ते इन्हां दा सन्मान चिन्ह जिहड़ा है वो जगजीत सिंह पढ़ेगा। वाहेगुरु जी का खालसा वाहेगुरु जी की फतेह। सरदार रणवीर सिंह जी खटड़ा जी का जन्म 1961 नूं पिंड सोहौली विखे सरदार इंद्रवंत सिंह जी दे घर होया। मुढ़ली विद्या पिंड दे स्कूल विचों प्राप्त करन उपरंत पंजाब पब्लिक स्कूल डाबा विचों सीनियर सैकेंडरी पास होए। मुल्तानी मल मोदी कॉलेज पटियाला तो ग्रैजुएशन करन उपरंत पंजाबी यूनिवर्सिटी पटियाला दे सोशियोलॉजी विभाग विचों पोस्ट ग्रैजुएशन की 1982 विच आप भारतीय सेना विच बतौर लैफ्टिनेंट चुने गए। 1990 विच आप पंजाब पुलिस विच आ गए। पंजाब दे वक-वक जिलियां विच लंबा समा SSP वजो कार्यशील रहे। DIG दे अहुदे तों सुशोभित हो आपने करमबार बठिंडा अते फिरोजपुर विच कार्ज कीता। मौजूद समें विच आप DIG IRV अते काउंटर इंटैलीजेंस दे महत्वपूर्ण अहुदियां उपर काम कर रहे हन। सरदार खट्टड़ा जी पंजाब पुलिस दे पहले अफसर हन जिन्हां ने इतिहासक गुरद्वारा साहिबान नूं निजी कब्जा तों मुक्त करवा के श्रोमणी गुरद्वारा प्रबंधक कमेटी दे सपुरद किया। धार्मिक ते समाजिक खेत्र विच पाए योगदान सदका अज दे इस विशेष दिन ते पंजाबी यूनिवर्सिटी पटियाला अते जथेदार गुरचरण सिंह टौड़ा चैरिटेबल ट्रस्ट पंजाब दे इस महान सपुत्र वल्लों किते सलाहुण योग कार्यां नूं मुख रखदे होए सन्मानित करदे होए खुद नूं सम्मानित होया महसूस कर रहे हैं। मैं बेनती करूँगा प्रधान जी ते बत्रा साहब। हुण असी सन्मान करांगे नरपिंदर सिंह ढिल्लों जी का। आए ने सरदार नरपिंदर सिंह ढिल्लों, उन्होंने मैं बेनती करूँगा कि वह प्लीज़ डायस ते आ जाए।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਨਰਪਿੰਦਰ ਸਿੰਘ ਢਿੱਲੋਂ ਜੀ ਦਾ ਜਨਮ 13 ਜੂਨ 1956 ਨੂੰ ਸੰਗਰੂਰ ਵਿਖੇ ਹੋਇਆ। ਆਪ ਨੇ ਮੁੱਢਲੀ ਵਿੱਦਿਆ ਸੰਗਰੂਰ ਤੋਂ ਹਾਸਿਲ ਕੀਤੀ। ਇਸ ਉਪਰੰਤ ਡੀ ਐੱਮ ਕਾਲਜ ਮੋਗਾ ਅਤੇ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਤੋਂ ਅਗਲੀ ਵਿੱਦਿਆ ਹਾਸਿਲ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ, ਅੰਗਰੇਜ਼ੀ ਅਤੇ ਇਤਿਹਾਸ ਵਿਸ਼ੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਆਪ ਜੀ ਨੇ ਆਪਣਾ ਅਧਿਆਪਨ ਦਾ ਸਫ਼ਰ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਤੋਂ ਸ਼ੁਰੂ ਕੀਤਾ। ਬਾਅਦ ਵਿੱਚ ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਵਿਖੇ ਵਾਈਸ ਪ੍ਰਿੰਸੀਪਲ ਅਤੇ ਆਈ ਸੀ ਐੱਲ ਪਬਲਿਕ ਸਕੂਲ ਰਾਜਪੁਰਾ ਵਿਖੇ ਪ੍ਰਿੰਸੀਪਲ ਵਜੋਂ 8 ਸਾਲ ਸੇਵਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ 1992 ਤੋਂ 2005 ਤੱਕ ਸੇਵਾ ਨਿਭਾਈ। ਇਸ ਤੋਂ ਉਪਰੰਤ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਪ੍ਰਿੰਸੀਪਲ ਵਜੋਂ ਅੱਜ ਤੱਕ ਸੇਵਾ ਨਿਭਾ ਰਹੇ ਹਨ। ਬਾਬਾ ਗਾਂਧਾ ਸਿੰਘ ਐਜੂਕੇਸ਼ਨ ਟਰੱਸਟ ਬਰਨਾਲਾ ਅਤੇ ਸ਼ਹੀਦ ਭਾਈ ਮਣੀ ਸਿੰਘ ਐਜੂਕੇਸ਼ਨ ਟਰੱਸਟ ਲੌਂਗੋਵਾਲ ਦੇ ਸਕੱਤਰ ਵਜੋਂ ਆਪਣੀ ਸੇਵਾਵਾਂ ਵੀ ਦੇ ਰਹੇ ਹਨ। ਅੱਜ ਦੇ ਵਿਸ਼ੇਸ਼ ਦਿਨ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਚੈਰੀਟੇਬਲ ਟਰੱਸਟ ਵਿੱਦਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਆਪ ਜੀ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਸਨਮਾਨ ਅਸੀਂ ਡਾਕਟਰ ਹਰਜੀਤ ਕੌਰ ਹੋਰਾਂ ਜੀ ਨੂੰ ਦੇ ਰਹੇ ਹਾਂ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਉਹ ਵੀ ਡਾਇਸ ਉੱਤੇ ਆ ਜਾਣ। ਬੇਅੰਤ ਸਿੰਘ ਹੋਰੀ ਸਨਮਾਨ ਚਿੰਨ੍ਹ ਵੰਡ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਹਰਜੀਤ ਕੌਰ ਜੀ ਦਾ ਜਨਮ 25 ਸਤੰਬਰ 1945 ਨੂੰ ਹੋਇਆ। ਆਪ ਬੀ ਐੱਸ ਸੀ ਆਨਰਜ ਗੋਲਡ ਮੈਡਲਿਸਟ ਰਹਿਣ ਉਪਰੰਤ ਐੱਮ ਏ ਤੱਕ ਦੀ ਵਿੱਦਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਅਤੇ ਪੀ ਐੱਚ ਡੀ ਇਕਨੋਮਿਕਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਆਪ ਨੇ ਆਪਣਾ ਅਧਿਆਪਨ ਦਾ ਸਫ਼ਰ ਖਾਲਸਾ ਕਾਲਜ ਫਾਰ ਵੋਮੈਨ ਸਿੱਧਵਾਂ ਖੁਰਦ ਤੋਂ ਸ਼ੁਰੂ ਕੀਤਾ, ਉਪਰੰਤ ਅਕਾਲ ਡਿਗਰੀ ਕਾਲਜ ਫਾਰ ਵੋਮੈਨ ਸੰਗਰੂਰ ਵਿਖੇ 1991 ਤੋਂ 2010 ਤੱਕ ਲਗਾਤਾਰ 20 ਸਾਲ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਕੇ ਸੇਵਾ ਮੁਕਤ ਹੋਏ। ਆਪ ਨੇ 2 ਸਾਲ ਲਗਾਤਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿੰਡੀਕੇਟ ਦੇ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਆਪ ਦੀਆਂ ਸੇਵਾਵਾਂ ਬਦਲੇ ਆਪ ਨੂੰ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਰਤਮਾਨ ਸਮੇਂ ਆਪ ਡਾਇਰੈਕਟਰ ਜਨਰਲ ਐਡਮਿਨਿਸਟ੍ਰੇਸ਼ਨ ਐਂਡ ਸੈਕਟਰੀ ਆਫ ਗਵਰਨਿੰਗ ਬਾਡੀ ਅਕਾਲ ਡਿਗਰੀ ਕਾਲਜ ਫਾਰ ਵੋਮੈਨ ਸੰਗਰੂਰ ਵਜੋਂ ਸੇਵਾ ਨਿਭਾ ਰਹੇ ਹਨ। ਅੱਜ ਦੇ ਇਸ ਵਿਸ਼ੇਸ਼ ਦਿਨ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਚੈਰੀਟੇਬਲ ਟਰੱਸਟ ਆਪ ਜੀ ਵੱਲੋਂ ਪੇਂਡੂ ਬੱਚਿਆਂ ਅਤੇ ਖਾਸ ਕਰ ਲੜਕੀਆਂ ਦੀ ਵਿੱਦਿਆ ਦੇ ਪ੍ਰਸਾਰ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਆਨਰ ਕਰਾਂਗੇ ਅੱਜ ਦੇ ਮੁੱਖ ਵਕਤਾ ਹਰਪਾਲ ਸਿੰਘ ਪੰਨੂ ਜੀ ਹੋਰਾਂ ਨੂੰ। ਡਾਕਟਰ ਸਾਹਿਬ ਬਤਰਾ ਸਾਹਿਬ, ਡਾਕਟਰ ਸਾਹਿਬ ਨੂੰ ਆਨਰ ਕਰਾਂ। ਪ੍ਰਧਾਨ ਸੈਕਟਰੀ ਸਾਹਿਬ, ਹੁਣ ਅਸੀਂ ਸਰਦਾਰ ਰੂਪ ਸਿੰਘ ਅਜੇ ਸਾਡੇ ਕੋਲ ਹੀ ਨੇ,
इस करके संतमा पुरखा नूं असीं आदर करांगे। संत बाबा कश्मीरा सिंह जी लाहौरा वाले, हुण असीं अपने मुख सकत्तर नूं ऑनर करांगे, श्रोमणी गुरद्वारा प्रबंधक कमेटी डॉक्टर रूप सिंह जी। थैंक यू वेरी मच। सिर्फ ताड़े पांच मिनट लाँगे प्लीज़। मैं डॉक्टर बलकार सिंह होरां नूं बेनती करूँगा कि वह आउण ते बहुत थोड़े शब्दों के बहुत सारा कुछ जिहड़ा सच्चे पातशाह बारे ते गल हो चुकी टौड़ा साहब बारे गल कर। स्टेज ते सामने मेरे सामने बैठे गुरु भाइयो, वाहिगुरू जी का खालसा, वाहिगुरू जी की फतेह। मैनू इस गल का पता है कि मेरी जिम्मेवारी जी है सारे कुछ समाप्त करन दी है, ते उहदे विच मैं सिर्फ तुहाडे नाल दो गल्लां जिहड़ियां ने उह सांझियां करनियां ने कि एक तो प्रबंधकां नूं इस गल की वधाई देनी है कि इहो जिहे फंक्शन यूनिवर्सिटी विच जिहड़े ने बहुत घट हुंदे ने, ते इहनां दा जिहड़ा हैगा जिहड़ी समर्था है सरबजिंदर दी उन्हों मैं नमो करदा और इन्हें बधाई देना कि इन्होंने इन्ना सोहना जिहड़ा मौका पैदा किया। मैं समझदा कि तुसी सब तो उत्तम ते तुहाडी जिहड़ा मन पाउंदा लैक्चर सी उह पन्नू साहब वाला सी, मैनूं पता है इस गल दा, मैं भी उन्हों दा कायल हां इस गल ते। ते उन्हां नूं मैं समझदा कि साडियां सारियां साखियां जिस तरह उह सुना रहे सन उह गुरू नूं समझण दा एक माध्यम ने, साधन ने, और लगातार इस माध्यम तो साधन की वरतों होंगी रही है। इस मौके थोड़े नाल मैं जी गल साझी करनी ये है कि जिमें कि असी टॉपिक तो सामने जार पीर जगत गुरु बाबा, भी जगत गुरु बाबा तो कला सिख गुरु किमें गुरु नानक देव जी ने इस वेले रह गए। असी उन्होंने जगत गुरु बाबा वाले पास तो जाते जो खुद रोकया जा हालात ने रोकया जां कीड़ियां गल्लां होईयां ये सानूं विचारना चाहिए। और घटो घट मैं रूप सिंह हुणी बैठे ने उन्हां नूं कहांगा कि जिहड़ा 550 साल आ रहा जिहड़ा असीं मनाउणा है उहदे विच असीं घटो घट किसी ना किसी तरीके नाल कोशिश करिए। तुसीं भी सारे उन्ना ही पार्टिसिपेंट हो, मेरे सामने बैठे मैं जानना कि सारे बंदे जिहड़े ने उह साडे नालों वध उस बारे जानदे ने, असीं उह दरवाजा जरूर खोलीए जिहदे नाल उह जगत गुरु बाबा दे तौर ते सामने आ सकदे होण। सिख दे तौर ते साडी इक फखर है, उहदी वड्डी गल है, उह साडे कोल हैगे ने। ये किवें होएगा? ये तां होएगा जे असीं 1708 तों बाद निकलांगे। अजे तक साडी इह जिहड़ी है जिवें पन्नू साहब वी सुना रहे सन उह सारा कुछ 1708 तों पहलों स्थित है और साडे कोल प्राप्त भी है, असीं उहनूं देखिया भी है, ते तुसीं उह इक उहदा अज जिहड़ा नैरेटिव सुनिया, नैरेटिव बिल्ड होया पन्नू साहब वाला, उह बहुत खूबसूरत है। पर जे असीं अपनी इस गल नूं जिहड़ी पन्नू साहब साखे रही कह रहे सन लोगों तक लैके जाना है, तो वह किवें लैके जाना है? ये बुक कल्चर राही जाना है, मैनूं पता है इस गल का। ये साढ़े होर भी कई सारे साधन ने जिन्हां नाल असीं ले जा सकते हैं, तो ये बाहर निकल वास्ते मैं समझदा हां कि क्यों कहना। मैं इस करके कहना कि 1708 तक सानूं फिक्र नहीं सी कोई, सानूं असीं अपनी बापू की उंगली फड़ के तुर रहे सी, तो बापू दे हुंदिया पुत्र नूं फिक्र नहीं हुंदा। पर असल विच साडा सफ़र जिहड़ा है वह गुरु मान्यो ग्रंथ तों बाद शुरू हुंदा है, और उहदियां लगातार कई परतां साडे सामने ने। बाबा बंदा बहादुर वाली परत सामने है, मिसलां वाली परत सामने है, महाराजा रणजीत सिंह वाली परत सामने है, अगों असीं तुरदे तुरदे सिंह सभा वाली परत साडे सामने है, और तुरदे तुरदे असीं
ਸ਼੍ਰੋਮਣੀ ਕਮੇਟੀ ਵਾਲੀ ਪਰਤੇ ਆ ਸਕਦੇ ਆ ਗਏ ਹਾਂ ਅਤੇ ਸਿੱਖ ਸਿਆਸਤ 'ਤੇ ਵੀ ਆ ਗਏ ਹਾਂ। ਇਹ ਗੱਲਾਂ ਜਿਹੜੀਆਂ ਨੇ ਵਿਚਾਰਨੀਆਂ ਚਾਹੀਦੀਆਂ ਨੇ, ਇਹ ਵਿਚਾਰ ਕੇ ਮੌਕਾ ਮਿਲਿਆ ਅਤੇ ਇਹ ਕਰਨਾ ਹੋਣਾ ਕੀ ਹੈ। ਮੈਂ ਆਪਣੀ ਗੱਲ ਸਿਰਫ ਇਸ ਕਰਕੇ ਮੁਕਾ ਦੇਣੀ ਹੈ, ਇੱਥੇ ਟਾਈਮ ਕਾਫੀ ਹੋ ਜਾਣ ਕਰਕੇ, ਕਿ ਅਸੀਂ ਜਿੰਨੇ ਵੀ ਸੋਚਣ ਵਿਚਾਰਨ ਵਾਲੇ ਪਾਸੇ ਨੂੰ ਤੁਰਨ ਵਾਲੇ ਹਾਂ, ਕਿਉਂਕਿ ਸਿੱਖਾਂ ਦਾ ਬੁੱਕ ਕਲਚਰ ਹੈ ਨਹੀਂ ਇਸ ਵੇਲੇ ਮੇਰੇ ਭਾਈਚਾਰੇ ਦਾ, ਇਸ ਪਾਸੇ ਨੂੰ ਅਸੀਂ ਤੁਰਾਂਗੇ ਅਤੇ ਹੋ ਵੀ ਜਾਏਗਾ, ਕੋਸ਼ਿਸ਼ ਹੋ ਰਹੀ ਹੈ, ਕਾਫੀ ਹੱਦ ਤੱਕ ਹੋ ਗਿਆ, ਹੋਰ ਵੀ ਹੋ ਜਾਏਗਾ। ਦੇਖਣਾ ਇਹ ਹੈ ਕਿ ਅਸੀਂ ਇਹ ਵਿਵੇਕ ਪੈਦਾ ਕਰਨਾ ਹੈ ਕਿ ਅਸੀਂ ਕੇਂਦਰ ਵਿੱਚ ਕਿਹੜੀ ਗੱਲ ਰੱਖਣੀ ਹੈ ਅਤੇ ਹਾਸ਼ੀਏ 'ਤੇ ਕਿਹੜੀ ਗੱਲ ਲੈ ਕੇ ਜਾਣੀ ਹੈ। ਅਸਲ ਵਿੱਚ ਸਾਡੀ ਇਹ ਜਿਹੜੀ ਪ੍ਰਾਇਰਟੀਜ਼ ਨੇ ਕੇਂਦਰ ਅਤੇ ਹਾਸ਼ੀਏ ਵਾਲੀਆਂ, ਉਹ ਕਨਫਿਊਜ਼ ਹੋ ਗਈਆਂ ਨੇ। ਅਸੀਂ ਜਿਹੜੀ ਗੱਲ ਕੇਂਦਰ ਵਿੱਚ ਰੱਖਣੀ ਚਾਹੀਦੀ ਹੈ ਉਹਨੂੰ ਹਾਸ਼ੀਏ ਵਿੱਚ ਤੱਕਿਆ ਹੋਇਆ, ਜਿਹੜੀ ਹਾਸ਼ੀਏ 'ਤੇ ਰੱਖਣੀ ਚਾਹੀਦੀ ਉਹ ਕੇਂਦਰ ਵਿੱਚ ਆ ਗਈ ਹੈ। ਮੇਰਾ ਮਤਲਬ ਇਹ ਇਕੱਲਾ ਧਰਮ ਤੋਂ ਸਿਆਸਤ ਤੋਂ ਨਹੀਂ ਹੈ, ਇਹ ਇਕੱਲਾ ਮਤਲਬ ਗੁਰਦੁਆਰਾ ਅਤੇ ਅਕਾਲ ਤਖਤ ਤੋਂ ਹੀ ਨਹੀਂ ਹੈ, ਇਕੱਲਾ ਬਾਣੀ ਦੇ ਰਹਿਤ ਮਰਿਆਦਾ ਤੋਂ ਹੀ ਨਹੀਂ ਹੈ। ਅਸੀਂ ਬਹੁਤ ਸਾਰੀਆਂ ਗੱਲਾਂ ਵਿੱਚ ਉਹਨਾਂ ਵਿੱਚ ਬੈਲੈਂਸ ਸਟ੍ਰਾਈਕ ਕਰਨਾ, ਉਹਨੂੰ ਸੰਤੁਲਿਤ ਰੂਪ ਵਿੱਚ ਪਰਸੀਵ ਕਰਨਾ ਅਤੇ ਫਿਰ ਦੂਜੇ ਤੱਕ ਲੈ ਕੇ ਜਾਣਾ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਇਹ ਕਿ ਅੱਜ ਜੇ ਤੁਸੀਂ ਕਿਸੇ ਨੇ ਦੇਖਣਾ, ਮੈਂ ਮਿਸਾਲ ਦੇ ਤੌਰ 'ਤੇ ਦੱਸਣਾ ਚਾਹੁੰਦਾ ਕਿ ਮਾਰਕ ਟਵੇਨ ਦਾ ਜੋ ਲੇਖ ਹੈ ਇੰਡੀਅਨ ਐਕਸਪ੍ਰੈਸ ਇੱਕ, ਉਹਨੇ ਇਹਦੇ ਵਿੱਚ ਗੱਲ ਤਾਂ ਉਹ ਸਿਆਸਤ ਜਿਹੜੀ ਚੱਲ ਰਹੀ ਹੈ ਮਾਰਕ ਟਵੇਨ ਦਾ ਤੁਹਾਨੂੰ ਪਤਾ, ਉਹਨੇ ਆਪਣੇ ਹਿਸਾਬ ਨਾਲ ਕਹਿਣਾ ਹੁੰਦਾ, ਅਸਲ ਵਿੱਚ ਭਾਰਤੀ ਧਰਮ ਚਿੰਤਨ ਜਿਹੜਾ ਉਹਦੇ ਵਿੱਚ ਹੀ ਕੱਟੜਤਾ ਨੂੰ ਕੋਈ ਥਾਂ ਨਹੀਂ ਸੀ, ਕਿਉਂਕਿ ਦੂਜੇ ਦੇ ਦੂਜੇ ਪਲ ਨੂੰ ਮਤਲਬ ਨਾਲ ਲੈ ਕੇ ਤੁਰ ਸਕਣ ਦੀ ਜਿਹੜੀ ਸਮਰੱਥਾ ਸੀ ਹਿੰਦੂ ਧਰਮ ਦੀ, ਉਹਨੇ ਉਹਦੀ ਬਹੁਤ ਸ਼ਕਤੀ ਬਣਾਈ ਸੀ, ਬਹੁਤ ਵੱਡੀ ਸ਼ਕਤੀ ਆ ਉਹਦੀ, ਉਹਦੀਆਂ ਜ਼ਿਕਰ ਜਿਹੜੇ ਚੱਲਦੇ ਰਹਿ ਸਕਦੇ ਨੇ। ਸਿੱਖ ਧਰਮ ਨੇ ਉਹ ਸਾਰਾ ਕੁਛ ਹਜ਼ਮ ਕਰਕੇ ਜਦੋਂ ਸਿੱਖੀ ਨੂੰ ਲਿਆਂਦਾ ਤਾਂ ਬਿਲਕੁਲ ਡੋਗਮੈਟਿਜ਼ਮ ਜਿਹੜਾ ਹੈ, ਜਿਹੜੀ ਕੱਟੜਤਾ, ਉਹਦੀ ਬਿਲਕੁਲ ਥਾਂ ਨਹੀਂ ਸੀ ਛੱਡਿਆ। ਉਹ ਮੈਂ ਉੱਥੇ ਗੱਲ 'ਤੇ ਲਿਆਉਣਾ ਚਾਹੁੰਦਾ ਕਿ ਜੇ ਅਸੀਂ ਉਹ ਨਾ ਛੱਡਿਆ ਤਾਂ ਗੁਰੂ ਅਸੀਂ ਇਹ ਹੋ ਜਾਏਗਾ ਕਿ ਗੁਰੂ ਮੇਰਾ ਹੈ। ਅਸੀਂ ਸ਼ੁਰੂ ਸਫ਼ਰ ਕੀਤਾ ਸੀ ਮੈਂ ਗੁਰੂ ਦਾ ਹਾਂ, ਇਸ ਵੇਲੇ ਲੋੜ ਜਿਹੜੀ ਹੈ ਮੈਂ ਗੁਰੂ ਦਾ ਵਾਲੇ ਪਾਸੇ ਨੂੰ ਤੁਰਨ ਦੀ ਹੈ, ਉਹ ਬਾਣੀ ਦੇ ਲੜ ਲੱਗ ਕੇ ਹੀ ਤੁਰਿਆ ਜਾ ਸਕਦਾ ਹੈ। ਉਹਦੇ ਵਾਸਤੇ ਹੀ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹਦੇ ਵਾਸਤੇ ਹੀ ਇਹ ਫੰਕਸ਼ਨ ਹੋ ਰਿਹਾ ਹੈ, ਉਸ ਪਾਸੇ ਹੀ ਯਤਨ ਹੋ ਰਹੇ ਨੇ, ਉਹੋ ਹੀ ਵਿਚਾਰੇ ਜਾ ਰਹੇ ਨੇ, ਔਰ ਅਸੀਂ ਸਾਰੇ ਰਲ ਮਿਲ ਕੇ ਸੋਚਾਂਗੇ ਅਤੇ ਕਿਸੇ ਸਾਂਝੀ ਸਮਝ 'ਤੇ ਪਹੁੰਚਾਂਗੇ ਅਤੇ ਲਾਜ਼ਮੀ ਤੌਰ 'ਤੇ ਐਡੀ ਵੱਡੀ ਸ਼ਾਨ ਜਿਹਦੇ ਵੱਲ ਪੰਨੂ ਨੇ ਇਸ਼ਾਰੇ ਕੀਤੇ, ਉਹ ਸ਼ਾਨ ਦੇ ਵਾਰਸ ਹੋ ਸਕਾਂਗੇ। ਮਾਲਕ ਨਹੀਂ ਹੋਣਾ ਚਾਹੀਦਾ, ਵਾਰਸ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਇੱਥੇ ਸਾਨੂੰ ਸਹਿਯੋਗ ਕਰਦੇ ਹੋ। ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਡਾਕਟਰ ਰੂਪ ਸਿੰਘ ਜੀ ਜੋ ਇਸ ਸੈਮੀਨਾਰ ਦੇ, ਜੋ ਕਿ ਹਰ ਸਾਲ ਅਸੀਂ ਉਪਰਾਲਾ ਕਰਦੇ ਹਾਂ ਪੰਤ ਰਤਨ ਜਥੇਦਾਰ ਗ੍ਰੰਥ ਸਿੰਘ ਟੌੜਾ ਸਾਹਿਬ ਦੀ ਨਿੱਘੀ ਯਾਦ ਵਿੱਚ ਹੁੰਦਾ ਹੈ, ਔਰ ਇਸ ਵਾਰੀ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਵਰ੍ਹੇ ਨੂੰ ਸਮਰਪਿਤ ਹੈ, ਉਹਦੇ ਬਤੌਰ ਮੁੱਖ ਮਹਿਮਾਨ ਪਹੁੰਚੇ ਨੇ। ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ, ਧੰਨਵਾਦ ਹੈ ਡਾਕਟਰ ਹਰਪਾਲ ਸਿੰਘ ਜੀ ਪੰਨੂ ਜੀ ਦਾ ਜਿਹੜੇ ਮੁਖਤ ਵਕਤਾ ਸੀ ਜਿਨ੍ਹਾਂ ਨੇ ਆਨੰਦ ਲਿਆ ਤਾ ਇਸ ਸੈਮੀਨਾਰ ਦਾ। ਧੰਨਵਾਦ ਹੈ ਡਾਕਟਰ ਬਲਕਾਰ ਸਿੰਘ ਜੀ ਜਦੋਂ ਪ੍ਰਧਾਨਗੀ ਕਰਦੇ ਨੇ। ਵਿਸ਼ੇਸ਼ ਧੰਨਵਾਦ ਇਸ ਯੂਨੀਵਰਸਿਟੀ ਵਾਈਸ ਚਾਂਸਲਰ ਡਾਕਟਰ ਘੁੰਮਣ ਸਾਹਿਬ ਦਾ ਜਿਨ੍ਹਾਂ ਦਾ ਵੱਡਾ ਸਹਿਯੋਗ ਰਿਹਾ ਹੈ, ਔਰ ਉਹਨਾਂ ਦੀ ਨੁਮਾਇੰਦਗੀ ਕਰ ਰਹੇ ਨੇ ਰਜਿਸਟਰਾਰ ਸਾਡੇ ਬਤਰਾ ਸਾਹਿਬ, ਥੈਂਕਸ। ਔਰ ਮੈਂ ਉਹਨਾਂ ਤਿੰਨ ਸ਼ਖਸੀਅਤਾਂ ਦਾ ਜਿਨ੍ਹਾਂ ਦੀ ਧੰਨਵਾਦ ਕੀ ਅਸੀਂ ਵਿਸ਼ੇਸ਼ ਸਨਮਾਨ ਕੀਤਾ, ਕਿਉਂਕਿ ਅਸੀਂ ਸੋਚਦੇ ਸੀ ਕਿ ਜਿਹੜੇ ਵਿਅਕਤੀ ਸਮਾਜ ਲਈ ਕੁਛ ਕਰਦੇ ਨੇ, ਸਮਾਜ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਦਾ ਸਨਮਾਨ ਕਰੀਏ ਤਾਂ ਕਿ ਹੋਰ ਵਿਅਕਤੀ ਇਸ ਰਸਤੇ ਉੱਪਰ ਚੱਲੇ। ਉਹ ਸਮਾਜ ਵਜੋਂ ਜੋ ਸਾਡਾ ਸਨਮਾਨ ਦਾ ਸੱਦਾ ਪ੍ਰਵਾਨ ਕੀਤਾ, ਸਾਡੇ ਬਹੁਤ ਹੀ ਸਤਿਕਾਰਯੋਗ DIG ਸਰ ਰਣਵੀਰ ਸਿੰਘ ਖੱਟੜਾ ਸਾਹਿਬ ਧੰਨਵਾਦ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਸਾਹਿਬ ਦਾ ਧੰਨਵਾਦ, ਪ੍ਰਿੰਸੀਪਲ ਡਾਕਟਰ ਹਰਜੀਤ ਕੌਰ ਜੀ ਦਾ ਵਿਸ਼ੇਸ਼ ਧੰਨਵਾਦ ਜਿਹੜੇ ਸੰਗਰੂਰ ਤੋਂ ਆਏ ਨੇ, ਔਰ ਅੰਤ ਵਿੱਚ ਸਭ ਤੋਂ ਵੱਡਾ ਧੰਨਵਾਦ ਮੇਰੇ ਵੀ ਡਾਕਟਰ ਸਰਵਜਿੰਦਰ ਸਿੰਘ ਦਾ ਜਿਨ੍ਹਾਂ ਨੇ ਪਿੰਡਾਂ ਵਾਲਿਆਂ ਨੂੰ ਯੂਨੀਵਰਸਿਟੀ ਵਿਖਾ ਦਿੱਤੀ। ਹਰ ਸਾਲ ਇਹ ਉਪਰਾਲਾ ਕਰਦੇ ਨੇ, ਅਸੀਂ ਪਿੰਡਾਂ ਵਾਲੇ ਸਾਲ ਬਾਅਦ ਇੱਕ ਵਾਰ ਇੱਥੇ ਗੇੜਾ ਜ਼ਰੂਰ ਮਾਰ ਜਾਂਦੇ ਹਾਂ, ਅਸੀਂ ਪੜ੍ਹੇ ਤਾਂ ਨਹੀਂ ਮਹਿਸੂਸ ਕਰਦੇ ਹਾਂ ਵੀ ਯੂਨੀਵਰਸਿਟੀ ਸਾਡੀ ਹੈ, ਇੱਥੇ ਇਹ ਆ ਕੇ ਆਨੰਦ ਲੈ ਲੈਣ ਵੀ ਅਸੀਂ ਪੜ੍ਹੇ ਲਿਖਿਆਂ ਵਿੱਚ ਸ਼ਾਮਿਲ ਹੋ ਗਏ। ਇਹਨਾਂ ਦਾ ਧੰਨਵਾਦ ਹੈ, ਔਰ ਮਹਾਂਪੁਰਖਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਅਸੀਂ ਜਿਹੜੇ ਸਤਿਕਾਰ 'ਚ ਮਹਾਂਪੁਰਖ ਆਏ ਨੇ ਉਹਨਾਂ ਸਨਮਾਨ ਕਰਨਾ, 2 ਮਿੰਟ ਤੁਹਾਡੇ ਲਊਂਗਾ। ਉਦੋਂ ਬਾਅਦ ਗੁਰੂ ਘਰ ਲੰਗਰ ਤਿਆਰ ਆ, ਸਾਰਿਆਂ ਨੇ ਛੱਕ ਕੇ ਜਾਣ ਦਾ, ਵਾਰਸ ਭਵਨ ਦੇ ਲਾਉਣ 'ਚ ਲੰਗਰ ਲੱਗਿਆ ਹੋਇਆ, ਉੱਥੇ ਛੱਕ ਕੇ ਜਾਇਓ। ਔਰ ਨਾਲ ਇੱਕ ਬੇਨਤੀ ਹੈ, ਜੋ ਅੱਜ ਦਾ ਸੈਮੀਨਾਰ ਹੈ ਇਹ ਸ਼ਾਮ ਨੂੰ 6 ਤੋਂ 8 ਵਜੇ ਤੱਕ ਅਕਾਲ ਚੈਨਲ 'ਤੇ ਰਿਲੇਅ ਹੋਣਾ, ਤੁਸੀਂ ਜਿਹਨੇ ਵੇਖਣਾ ਚਾਹੁੰਦੇ ਉੱਥੇ ਵੇਖ ਸਕਦੇ ਹੋ। ਸ਼ਾਮੀ 6 ਤੋਂ 8 ਅਕਾਲ ਚੈਨਲ 'ਤੇ ਰਿਲੇਅ ਹੋਊਗਾ,
और फिर थोड़ा सारे का बहुत बहुत धन्यवाद विशेष तौर पर डॉक्टर सरविंदर सिंह जी समुची टीम का भाई गुरदास चेयर का और टौड़ा कबड्डी कप के मैंबर साहबान का। मैं विशेष करके रही हूँ कि तुहाडे सहयोग तो बिना इस समागम नहीं हो सकते सीगे। तुसीं साडी हर पक्षों मदद करते हो और साडे जथेदार करण सिंह टौड़ा चैरिटेबल के जो मैंबरस ने उन्हां धन्यवाद थोड़ा साध संगत का बहुत बहुत धन्यवाद भुल चुकी खिमा। वाहिगुरु जी का खालसा वाहिगुरु जी की फतेह। अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना।